ਇੰਦਰਜੀਤ ਨਿੱਕੂ ਹੁਣ ਇੱਕ ਵਾਰ ਫੇਰ ਤੋਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਕਮਬੈਕ ਕਰ ਚੁੱਕੇ ਨੇ ਤੇ ਨਾਲ ਹੀ ਕਮਬੈਕ ਕਰਨ ਦੇ ਤੁਰੰਤ ਬਾਅਦ ਹੀ ਉਹਨਾਂ ਨੇ ਹੁਣ ਹੌਲੀ ਹੌਲੀ ਕਰਕੇ ਆਪਣੇ ਗਾਣੇ ਰਿਲੀਜ਼ ਕਰ ਦਿੱਤੇ ਨੇ ਹਾਲ ਹੀ ਦੇ ਵਿੱਚ ਉਹਨਾਂ ਦਾ ਤੇਰੀ ਮਾਂ ਨੇ ਗਾਣਾ ਰਿਲੀਜ਼ ਹੋਇਆ ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਤੇ ਨਾਲ ਹੀ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਰੀਲਸ ਵੀ ਬਣਾਈਆਂ ਤੇ ਇਸ ਦੇ ਵਿੱਚ ਫੀਚਰ ਕਰਦੇ ਹੋਏ ਨਜ਼ਰ ਆਏ 사ਵਨ ਰੂਪਾ ਵਾਲੀ ਅਤੇ ਕਰਤਾਰ ਸੀਮਾ ਤੇ ਹੁਣ ਉਹਨਾਂ ਨੇ ਆਪਣੇ ਫੈਨਸ ਨੂੰ ਇੱਕ ਹੋਰ ਨਵਾਂ ਗਿਫਟ ਦੇ ਦਿੱਤਾ ਆਪਣੀ ਨਵੀਂ EP ਦੀ ਅਨਾਉਂਸਮੈਂਟ ਕਰਕੇ ਤੇ ਉਸ EP ਦਾ ਨਾਮ ਹੈ 3AM ਇਨ ਮੋਹਾਲੀ ਤੇ ਇਸ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਇੰਦਰਜੀਤ ਨਿੱਕੂ ਨੇ ਕੈਪਸ਼ਨ ਦੇ ਵਿੱਚ ਲਿਖਿਆ ਇੰਦਰਜੀਤ ਨਿੱਕੂ ਫਰਸਟ EP वैसे भी आजकल काफी ज्यादा ईपी का ट्रेंड चल रहा है तो और भी कई सारे पंजाबी सिंगर अपनी ईपी रिलीज कर रहे हैं बंटी बैंस इस ईपी ਨੂੰ प्रोड्यूस ਕਰ ਰਹੇ ਨੇ ਤੇ ਨਾਲ ਹੀ बंटी बैंस ਅਤੇ ਪ੍ਰਭ ਬੈਂਸ ਇਸ ईपी ਦੇ ਲਿਰਿਕਸ ਤੇ ਕੰਮ ਕਰ ਰਹੇ ਨੇ ਤੇ ਨਾਲ 요 ਇਸ ईपी ਨੂੰ ਕੰਪੋਜ਼ ਵੀ ਕਰ ਰਹੇ ਨੇ 인ਦਰਜੀਤ ਨਿੱਕੂ ਆਪਣੇ ਸਿੰਗਲਸ ਤੋਂ ਬਾਅਦ ਹੁਣ ਆਪਣੀ ईपी ਵੀ ਰਿਲੀਜ਼ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਟੋਟਲ 5 ਗਾਣੇ ਹੋਣ ਜਾ ਰਹੇ ਨੇ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਦਰਸ਼ਕਾਂ ਨੂੰ ਉਹਨਾਂ ਦੀ ਇਹ EP ਕਿਵੇਂ ਦੀ ਲੱਗਦੀ ਹੈ ਤੇ ਨਾਲ ਹੀ ਇਹ ਵੀ ਦੱਸ ਦਈਏ ਕਿ ਇੰਦਰਜੀਤ ਨਿੱਕੂ ਨੇ ਪੰਜਾਬੀ ਗਾਣੇ ਦੇ ਨਾਲ-ਨਾਲ ਆਪਣੀ ਅਦਾਕਾਰੀ ਮੇਰੇ ਯਾਰ ਕਮੀਨੇ ਅਤੇ ਦਿਲ ਪਰਦੇਸੀ ਹੋ ਗਿਆ ਵਰਗੀਆਂ ਫਿਲਮਾਂ ਦੇ ਵਿੱਚ ਵੀ ਦਿਖਾਈ ਹੈ ਸੋ ਹੁਣ ਅਸੀਂ ਉਮੀਦ ਕਰ ਸਕਦੇ ਹਾਂ ਕਿ ਇੰਦਰਜੀਤ ਨਿੱਕੂ ਨੇ ਜਿਸ ਤਰ੍ਹਾਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਕਮਬੈਕ ਕੀਤਾ ਹੈ ਤੇ ਉਹ ਉਸੇ ਹੀ ਤਰ੍ਹਾਂ ਹੁਣ ਉਹ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਕਮਬੈਕ ਜਲਦੀ ਹੀ ਕਰਨਗੇ ਸੋ ਤੁਸੀਂ ਇੰਦਰਜੀਤ ਨਿੱਕੂ ਦੀ ਇਸ EP ਲਈ ਕਿੰਨੇ ਜ਼ਿਆਦਾ ਐਕਸਾਈਟਡ ਹੋ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ